ਅੱਜ ਹੀ ਸਵੇਰੇ ਰੈਜ਼ਿਗਨੇਸ਼ਨ ਆਪਣਾ ਮੇਲ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਉਹਨਾਂ ਦੇ ਆਫਿਸ ਵਿੱਚ ਕਾਪੀ ਮੇਲ ਕੀਤੀ ਹੈ ਕੈਮਰੇ ਵੱਲ ਦੇਖ ਕੇ। ਰੀਜ਼ਨ ਸਿੰਪਲ ਹੈ ਕਿ ਮੈਂ ਵੀ ਕੈਂਡੀਡੇਟ ਸੀਗਾ ਸੁਨਾਮ ਹਲਕੇ ਤੋਂ। ਉੱਥੇ ਇਸ ਵਾਰ ਜੋ ਟਿਕਟ ਦਿੱਤੀ ਗਈ ਹੈ ਦਮਨ ਸਿੰਘ ਬਾਜਵਾ ਜੋ ਕਿ ਆਊਟਸਾਈਡਰ ਸੀ, 5-7 ਮਹੀਨੇ ਪਹਿਲਾਂ ਹੀ ਸੁਨਾਮ ਹਲਕੇ 'ਚ ਆਏ ਸੀ, ਸ਼ਾਇਦ ਟਿਕਟ ਲੈਣ ਹੀ ਆਏ ਸੀ। ਚਲੋ ਟਿਕਟ ਪਾਰਟੀ ਨੇ ਦਿੱਤੀ, ਉਹਨਾਂ ਦਾ ਡਿਸੀਜ਼ਨ ਸਿਰ ਮੱਥੇ, ਹੋ ਸਕਦਾ ਯੂਥ ਕਰਕੇ ਦੇ ਦਿੱਤੀ ਹੋਵੇ, ਲੇਡੀਜ਼ ਕਰਕੇ ਦੇ ਦਿੱਤੀ ਹੋਵੇ, ਪਰ ਜੋ ਉਹਨਾਂ ਦੇ ਹਸਬੈਂਡ ਦਾ ਪਾਸਟ ਹੈ ਸਭ ਤੋਂ ਵੱਡੀ ਉਹ ਹੈ ਕਿ ਮੇਰੇ ਰੈਜ਼ਿਗਨੇਸ਼ਨ ਦੇਣ ਦੀ ਜਾਂ ਨਾ ਮਦਦ ਕਰਨ ਦੀ। ਰਾਜਾ ਕੰਡੋਲਾ ਜਿਹੜਾ ਬਹੁਤ ਵੱਡਾ ਸਮਗਲਰ ਨਾਮਜ਼ਦ ਹੋਇਆ, ਅੱਜ ਵੀ ਕਹਿੰਦੇ ਤਿਹਾੜ ਜੇਲ੍ਹ ਦੇ ਵਿੱਚ ਹੈ, ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਉਸਨੂੰ ਪੁੱਛਿਆ ਤਾਂ ਉਹਨੇ ਹਰਮਨ ਬਾਜਵਾ ਦਾ ਨਾਂ ਲਿਆ ਕਿ ਉਹ ਮੇਰਾ ਸਾਥੀ ਹੈ, ਇਸ ਕੰਮ ਧੰਦੇ ਵਿੱਚ ਹੈ। ਔਰ ਹਰਮਨ ਬਾਜਵਾ ਨੂੰ ਵੀ ED ਨੇ ਐਕਸਪਲੇਨੇਸ਼ਨ ਲਈ ਬੁਲਾਇਆ, ਉਹਦੀ ਇਨਵੈਸਟੀਗੇਸ਼ਨ 'ਚ ਉਹਨਾਂ ਨੂੰ ਜੁਆਇਨ ਕਰਾਇਆ। ਸੇਮ ਕੇਸ ਵਿਕਰਮਜੀਤ ਸਿੰਘ ਮਜੀਠੀਆ ਜਿਹਦਾ ਨਾਂ ਜਗਦੀਸ਼ ਭੋਲਾ ਨੇ ਲਿਆ ਕਿ ਜੋ ਅਸੀਂ ਧੰਦਾ ਕਰਦੇ ਹਾਂ ਚਿੱਟੇ ਦਾ, ਸਿੰਥੈਟਿਕ ਡਰੱਗਸ ਦਾ, ਉਹਦੇ 'ਚ ਵਿਕਰਮ ਮਜੀਠੀਆ ਔਰ ਉਹਦੇ ਸਾਥੀਆਂ ਦਾ ਹੱਥ ਹੈ। ਔਰ ਅਸੀਂ ਕਾਂਗਰਸ ਪਾਰਟੀ ਵਾਲਿਆਂ ਨੇ ਉਸੇ ਦਿਨ ਤੋਂ ਹੀ ਇੱਕ ਮੁਹਿੰਮ ਸ਼ੁਰੂ ਕਰਤੀ ਕਿ ਅਕਾਲੀ ਦਲ ਵਾਲੇ ਖੁਦ ਨਸ਼ਿਆਂ ਦਾ ਵਪਾਰ ਕਰਦੇ, ਇਹਨਾਂ ਦੇ ਮੰਤਰੀ, ਇਹਨਾਂ ਦੇ ਸੰਤਰੀ, ਇਹਨਾਂ ਦੇ ਜਥੇਦਾਰ ਇਸ ਕੰਮ ਦੇ ਵਿੱਚ ਲਿਪਤ ਹੈ, ਇਹਨਾਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕਰਤੀ ਹੈ। ਪਰ ਅੱਜ ਦਮਨ ਬਾਜਵਾ ਦਾ ਹਸਬੈਂਡ ਇੱਕ ਪਾਸੇ ਸੇਮ ਉਸੇ ਐਲੀਗੇਸ਼ਨ ਹੈ ਜੋ ਵਿਕਰਮ ਮਜੀਠੀਆ ਦੇ ਹੈ, ਅਤੇ ਮੈਂ ਬਿਲਕੁਲ ਪਾਰਟੀ ਨੂੰ ਕਹਿਤਾ ਸੀ ਕਿ ਇਸ ਕੈਂਡੀਡੇਟ ਦਾ ਸਾਡੇ ਕੋਲ ਮਦਦ ਨਹੀਂ ਹੋਣੀ। ਔਰ ਮੈਂ ਨਿੱਜੀ ਤੌਰ 'ਤੇ ਜਾਣਦਾ ਹਰਮਨ ਬਾਜਵਾ ਦਾ ਪਾਸਟ ਅੱਛਾ ਨਹੀਂ ਹੈ, ਉਹਨਾਂ ਦੀ ਰਿਲੇਸ਼ਨ ਜੋ ਵੀ ਗੁੰਡਾ ਅੰਸਰ ਹੈ ਸਾਡੇ ਇਲਾਕੇ ਦਾ ਉਹਨਾਂ ਨਾਲ ਹੈ, ਆਊਟਸਾਈਡਰ ਵੀ ਹੈ, ਔਰ ਉਹਨਾਂ ਦਾ ਜਿਹੜਾ ਪਾਸਟ ਹੈ ਉਹ ਵੀ ਸ਼ੇਡੀ ਹੈ, ਇਸ ਵਾਸਤੇ ਮਦਦ ਨਹੀਂ ਕਰ ਸਕਦੇ। ਹੁਣ ਅਗਲਾ ਸਵਾਲ ਆਇਆ ਕਿ ਪਾਰਟੀ ਨੂੰ ਰਿਕੁਐਸਟ ਕੀਤੀ ਕਿ ਪਾਰਟੀ ਜੇ ਰਿਵਿਊ ਕਰ ਲਏ ਤਾਂ ਬਹੁਤ ਅੱਛਾ, ਪਿਛਲੇ 1.5 ਮਹੀਨੇ ਤੋਂ 1.25 ਮਹੀਨਿਆਂ ਤੋਂ ਦਿੱਲੀ ਬੈਠੇ ਆ, ਜੰਗ ਪੰਜਾਬ 'ਚ ਲੜੀ ਜਾ ਰਹੀ ਹੈ, ਫੌਜਾਂ ਵਿਰੋਧੀਆਂ ਦੀਆਂ ਸਾਡੇ ਬਾਰਡਰਾਂ ਦੇ ਅੱਗੇ ਆ ਚੁੱਕੀਆਂ, ਸਾਡੀਆਂ ਸਾਰੀਆਂ ਫੌਜਾਂ ਕਾਂਗਰਸ ਦੀਆਂ ਦਿੱਲੀ 1.5 ਮਹੀਨੇ ਤੋਂ ਬੈਠੀਆਂ, ਟਿਕਟ ਵੇਚਦੇ ਹੋਏ, ਟਿਕਟ ਦੇਤੀ ਰਿਵਿਊ ਕਰਦੇ ਹੋਏ, ਔਰ ਕਹਿ ਵੀ ਰਹੇ ਕਿ ਅਸੀਂ ਰਿਵਿਊ ਕਰ ਰਹੇ ਹਾਂ, ਬੜਾ ਬਿਲਕੁਲ ਜਿਹੜਾ ਰਿਵਿਊ ਸੁਨਾਮ ਦਾ ਬਿਲਕੁਲ ਹੋ ਰਿਹਾ। ਔਰ ਅਫਸੋਸ ਕਿ 5-6 ਟਿਕਟਾਂ ਹੋਰ ਰਿਵਿਊ ਹੋਈਆਂ, ਜਲੰਧਰ ਨੌਰਥ ਦੀ 3 ਵਾਰੀ ਰਿਵਿਊ ਹੋ ਗਈ, ਅੱਜ ਟਿਕਟ ਦਿੱਤੀ, ਕੱਲ੍ਹ ਬਦਲ ਦਿੱਤੀ ਗਈ, ਕੱਲ੍ਹ ਬਦਲੀ, ਪਰਸੋਂ ਫਿਰ 1 ਦਿਨ ਬਾਅਦ ਬਦਲ ਦਿੱਤੀ ਗਈ, ਪਰ ਸੁਨਾਮ ਦਾ ਇਹਨਾਂ ਨੇ ਸਾਨੂੰ ਰੀਜ਼ਨ ਵੀ ਕੋਈ ਨਹੀਂ ਦੱਸਿਆ ਕਿ ਰਿਵਿਊ ਕਿਉਂ ਨਹੀਂ ਕੀਤੀ, ਔਰ ਰੀਜ਼ਨ ਵੀ ਨਹੀਂ ਦੱਸਿਆ ਉਸ ਕੈਂਡੀਡੇਟ ਨੂੰ ਟਿਕਟ ਕਿਉਂ ਦਿੱਤੀ। ਸੰਗਰੂਰ ਵੱਡੀ ਵਜ੍ਹਾ ਹੈ ਕਿ ਜਿੱਥੇ ਵਿਜਿੰਦਰ ਸਿੰਗਲਾ ਦੀ ਲੜਨ ਕਰਕੇ ਸਾਰਾ ਬੈਲੈਂਸ ਖਰਾਬ ਹੋਇਆ, ਸੁਰਿੰਦਰ ਸੀਬੀਆ ਅਕਾਲੀ ਦਲ 'ਚ ਚਲੇ ਗਏ, ਬਰਨਾਲਾ ਚਲੇ ਗਏ, ਜਿਹੜੇ ਆਪਣੇ ਸੀਟ ਹੈਗੀ ਹੈ ਸਾਡੀ ਧਮਾਨ ਦੀ ਅਮਰਗੜ੍ਹ, ਉਹ ਉੱਥੋਂ ਲੜਨਾ ਨਹੀਂ ਚਾਹੁੰਦੇ ਸੀ, ਉੱਥੇ ਕੰਮ ਕਰਨਾ ਛੱਡ ਗਏ ਸੀ, ਉਹਨਾਂ ਨੂੰ ਵੀ ਧੱਕੇ ਨਾਲ ਉੱਥੇ ਭੇਜਿਆ ਗਿਆ। ਬਲਦੇਵ ਮਾਨ ਜਿਹੜੀ ਆ 2 ਸੀਟਾਂ ਦੀ ਸ਼ਾਇਦ ਪਾਰਟੀ ਨੇ ਉਹਨਾਂ ਨਾਲ ਕਮਿਟਮੈਂਟ ਕੀਤੀ ਸੀ ਧੂਰੀ ਅਤੇ ਸੰਗਰੂਰ ਦੇਵਾਂਗੇ, ਉਹਨਾਂ ਨੂੰ ਅਕਾਲੀ ਦਲ ਲੌਂਗੋਵਾਲ ਨੂੰ ਕੋਈ ਸੀਟ ਨਹੀਂ ਦਿੱਤੀ, ਉਹ ਵੀ ਅੱਜ ਨਿਰਾਸ਼ ਹੈ, ਉਹ ਵੀ ਹੋ ਸਕਦਾ ਪਾਰਟੀ ਦੀ ਮਦਦ ਕਰਦੇ ਆ ਕਿ ਨਹੀਂ ਕਰਦੇ ਇਹ ਨਹੀਂ ਪਤਾ, ਸਾਰਾ ਬੈਲੈਂਸ ਖਤਮ ਹੋ ਗਿਆ, ਉੱਥੇ ਪਾਰਟੀ ਦੀ ਪੋਜੀਸ਼ਨ ਅੱਜ ਬਹੁਤ ਵਧੀਆ ਨਹੀਂ ਹੈ। ਤਾਂ ਮੈਂ ਸਮਝਦਾ ਜਿਹੜੇ ਵਿਜਿੰਦਰ ਸਿੰਗਲਾ ਜੀ ਦੀ ਉੱਤੇ ਪਹੁੰਚ ਹੈ ਸਾਡੀ ਕਾਂਗਰਸ ਹਾਈਕਮਾਂਡ 'ਚ, ਜਿਨ੍ਹਾਂ ਨੇ ਆਪਣੀ ਐਡਜਸਟਮੈਂਟ ਇਸ ਤਰ੍ਹਾਂ ਕਰਵਾ ਤੀ ਸਿਰਫ ਆਪਣੀ ਸੀਟ ਬਚਾਉਣ ਵਾਸਤੇ, ਹੋ ਸਕਦਾ ਹੈ ਉਹ ਇਹ ਵੀ ਕਿਹਾ ਜਾਂਦਾ ਕਿ ਆਪ ਦਾ ਕੈਂਡੀਡੇਟ ਉੱਥੇ ਵੀਕ ਹੈ ਜਿਹੜਾ ਸੰਗਰੂਰ ਦਾ, ਔਰ ਇੱਥੇ ਕਾਂਗਰਸ ਦਾ ਵੀਕ ਹੈ, ਹੋ ਸਕਦਾ ਪਾਰਟੀਆਂ ਆਪਸ 'ਚ ਕੋਈ ਅੱਟੀ ਸੱਟੀ ਕਰਦੀਆਂ, ਹੋ ਸਕਦਾ ਇਹੋ ਜਿਹਾ ਵੀ ਕਾਰਨ ਰਿਹਾ। ਦੇਖੋ ਜਿਹੜੇ ਤਾਂ ਪ੍ਰਗਟ ਸਿੰਘ ਹੈ, ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਠੀਕ ਹੈ, ਉੱਥੋਂ ਟਿਕਟ ਦਿੱਤੀ ਹੈ, ਉੱਥੋਂ MLA ਰਹੇ ਹੈ, ਐਂਟੀ ਇਨਕੰਬੈਂਸੀ ਫੈਕਟਰ ਉਹਨਾਂ ਦਾ ਕਿੰਨਾ ਹੈ, ਜਗਬੀਰ ਬਰਾੜ ਉੱਥੋਂ ਟਿਕਟ ਮੰਗਦੇ ਸੀ, ਉੱਥੇ ਮਿਹਨਤ ਕਰ ਰਹੇ ਸੀ, ਉਹਨਾਂ ਦੇ ਪੋਜ਼ੀਟਿਵ ਕਿੰਨਾ ਹੈ, ਇਹ ਤਾਂ ਵਕਤ ਦੱਸੇਗਾ। ਪਰ ਜਿੱਥੇ ਨਵਜੋਤ ਸਿੰਘ ਸਿੱਧੂ ਦਾ, ਉਹ ਮੈਂ ਸਮਝਦਾ ਕਿ ਇੱਕ ਚਿਹਰਾ ਹੈ ਐਸਾ ਜਿਹੜਾ ਯੂਥ ਨੂੰ ਵੀ ਅਟਰੈਕਟ ਕਰਦਾ, ਛੋਟੇ ਪਰਦੇ ਦਾ ਵੱਡਾ ਚਿਹਰਾ, ਠੀਕ ਹੈ, BJP ਸੀ, BJP ਛੱਡ ਕੇ ਆਪ ਦੀਆਂ ਅਟਕਲਾਂ ਚੱਲਦੀਆਂ ਰਹੀਆਂ, ਆਪ ਤੋਂ ਬਾਅਦ ਉਹ ਕਾਂਗਰਸ 'ਚ ਆਏ ਹੈ, ਮੈਂ ਸਮਝਦਾ ਉਸ ਚੀਜ਼ ਦਾ ਫਾਇਦਾ ਕਾਂਗਰਸ ਨੂੰ ਹੋਏਗਾ। ਪਰ ਜਿਹੜੇ ਕੁਛ ਹੋਰ ਕੈਂਡੀਡੇਟ ਜਿਹੜੇ ਅਕਾਲੀ ਦਲ ਨੇ ਵੀ ਨਕਾਰਤੇ ਸੀ, ਮੈਂ ਨਹੀਂ ਸਮਝਦਾ ਅਕਾਲੀ ਦਲ ਦੀ ਇੰਨੀ ਕੁ ਆਪਣੀ ਇਨਵੈਸਟੀਗੇਸ਼ਨ ਹੋਏਗੀ ਕਿ ਉਹਨਾਂ ਨੇ ਕਿਹੜਾ ਪਾਰਟੀ ਕੈਂਡੀਡੇਟ MLA ਨੂੰ ਰੱਖਣਾ, ਕਿਹੜੇ ਨੂੰ ਬਾਹਰ ਕਰਨਾ। 1-2 ਕੈਂਡੀਡੇਟ ਐਸੇ ਵੀ ਹੈ ਜਿਹੜੇ ਕਾਂਗਰਸ ਨੇ ਕੈਂਡੀਡੇਟ ਬਣਾਏ ਜਿਹੜੇ ਅਕਾਲੀਆਂ ਨੇ ਵੀ ਨਕਾਰੇ ਹੋਏ ਸੀ, ਉੱਥੇ ਤਾਂ
ਹਾਰਟ ਬਰਨਿੰਗ ਹੋਏਗੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਉੱਥੋਂ ਦੇ ਵਰਕਰਸ ਦੀ, ਇਹੀ ਲੋਕ ਸਾਡੇ ਪਰਚੇ ਦਰਜ ਕਰਾਉਂਦੇ ਰਹੇ ਆ, ਅੱਜ ਇਹਨਾਂ ਨੂੰ ਪਾਰਟੀ ਦੁਆ ਟਿਕਟ ਦੇ ਰਹੀ ਹੈ, ਅਤੇ ਜਿਹੜੇ ਅਸੀਂ ਇੰਨੇ ਇੰਨੇ ਸਾਲ ਪਾਰਟੀ ਦੀ ਸੇਵਾ ਕਰਦੇ ਹਾਂ, ਅਸੀਂ ਵੀ ਚਾਹੁੰਦੇ ਸਾਡਾ ਹਿੱਸਾ ਪਵੇ, ਸਾਡੀ ਸਰਕਾਰ ਆਵੇ, ਅਸੀਂ ਵੀ ਆਪਣੇ ਲੋਕਾਂ ਦੇ ਕੰਮ ਕਰੀਏ, ਪਾਰਟੀ ਨੂੰ ਮਜ਼ਬੂਤ ਕਰੀਏ, ਉਹਨਾਂ 'ਚ ਹਾਰਟ ਬਰਨਿੰਗ ਵੀ ਹੋਏਗੀ, ਨਿਰਾਸ਼ ਜ਼ਰੂਰ ਹੋਣਗੇ, ਜਦੋਂ ਫੌਜਾਂ ਨਿਰਾਸ਼ ਹੋ ਜਾਣ, ਵਰਕਰ ਨਿਰਾਸ਼ ਹੋ ਜਾਣ, ਉੱਥੇ ਫਿਰ ਇਲੈਕਸ਼ਨ ਜਿੱਤਣਾ ਥੋੜ੍ਹਾ ਔਖਾ ਹੋ ਜਾਵੇ।